ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵੇਰ ਦੇ 3 ਵਜ ਰਹੇ ਨੇ ਜੀ। ਆਪਾਂ ਸਵੇਰੇ ਸਵੇਰੇ ਗੁਰੂ ਘਰ ਆਏ ਹਾਂ ਦਰਸ਼ਨ ਕਰਨ। ਇਹ ਡੈਕੋਰੇਸ਼ਨ ਤਾਂ ਕੀਤੀ ਹੋਈ ਹੈ ਜੀ, ਬਾਬਾ ਜੀ ਦਾ ਗੁਰਪੁਰਬ ਹੈ। ਜਿਵੇਂ ਸਾਰੇ ਪਿੰਡਾਂ ਦੇ ਵਿੱਚ ਪ੍ਰਭਾਤ ਫੇਰੀਆਂ ਨਿਕਲਦੀਆਂ ਨੇ ਜੀ, ਬਹੁਤ ਹੀ ਜ਼ਿਆਦਾ ਰੌਣਕਾਂ ਲੱਗਦੀਆਂ ਨੇ ਜੀ ਬਾਬਾ ਜੀ ਦੇ ਗੁਰਪੁਰਬ ਦੀਆਂ। ਹੁਣ ਜੀ ਅੱਜ ਆਪਣੇ ਗੁਰੂ ਘਰ ਅਖੰਡ ਪਾਠ ਆਰੰਭ ਹੋਣਗੇ ਜੀ। ਅੱਜ ਸਵੇਰੇ 10 ਵਜੇ ਹੋਣਗੇ। ਹੁਣ ਆਪਾਂ ਦਰਸ਼ਨ ਕਰਦੇ ਹਾਂ ਸਵੇਰੇ ਸਵੇਰੇ। ਅੱਜ ਜੀ ਸਾਡੇ ਪਿੰਡ ਵਿੱਚ ਸ਼੍ਰੀ ਅਖੰਡ ਸਾਹਿਬ ਪ੍ਰਕਾਸ਼ ਹੋਣਗੇ ਜੀ। ਜਿਵੇਂ ਆਪਾਂ ਸਾਰੇ ਹੀ ਜਾਣਦੇ ਹਾਂ ਜੀ, ਬਾਬਾ ਜੀ ਦਾ ਗੁਰਪੁਰਬ, ਬਾਬਾ ਜੀ ਦਾ ਗੁਰਪੁਰਬ ਆ ਰਿਹਾ ਜੀ। ਅਤੇ ਸਾਰਿਆਂ ਪਿੰਡਾਂ ਦੇ ਵਿੱਚ ਪ੍ਰਭਾਤ ਫੇਰੀਆਂ ਵੀ ਨਿਕਲ ਰਹੀਆਂ ਨੇ। ਸਾਰੇ ਪਿੰਡਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਰੌਣਕਾਂ ਲੱਗੀਆਂ ਹੋਈਆਂ ਨੇ। ਆਪਣੇ ਗੁਰੂ ਘਰ ਦੇ ਵਿੱਚ ਪੇਂਟ ਵੀ ਹੋਇਆ ਜੀ। ਆਹ ਦੇਖੋ ਜੀ ਆਪਣੇ ਗੁਰੂ ਘਰ ਦਾ ਲੰਗਰ ਹਾਲ, ਬਹੁਤ ਹੀ ਵੱਡਾ ਹੈ ਅਤੇ ਬਹੁਤ ਹੀ ਖੁੱਲ੍ਹਾ ਡੁੱਲ੍ਹਾ ਹੈ ਜੀ। ਅੱਜ ਪ੍ਰਕਾਸ਼ ਆਪ ਹੋਣਗੇ ਜੀ। ਹੁਣ 3 ਦਿਨ ਗੁਰੂ ਘਰ ਦੇ ਵਿੱਚ ਰੌਣਕਾਂ ਲੱਗਣਗੀਆਂ। ਬਹੁਤ ਹੀ ਜ਼ਿਆਦਾ ਡੈਕੋਰੇਸ਼ਨ ਵਧੀਆ ਕੀਤੀ ਹੈ ਬੱਚਿਆਂ ਨੇ ਅਤੇ ਸੰਗਤ ਨੇ। ਗੁਰੂ ਸਿੱਖਾਂ ਕੀ
हुण जी आपां गुरु घर तो घर आ गए हैं। चलो जी हुण आपां बनांदे हां दुपहर दा प्रशादा, क्योंकि 11 बज गए ने। मम्मी घर सीगे, जिवें तुहानूं पता ही है जी, दीदी दा ऑपरेशन होया। दीदी राजपुरी रहिंदे ने जी, उत्थे ही भरावां कोल, ते मम्मी उहनां कोल रहिंदे ने, ते इत्थे मैं ते मम्मी दोनों जणे ने, ते बाकी सारी फैमिली। आ देखो जी, आपां ने कणक लई रेह लिआंदा होया। हुण अपने बीज बिजाई तां हो गई, हुण उहदे विच रेह पऊगा जी, कणक विच। इह कल रणजोत लै के आया जी अपना। जट्टां दे कोल तां बस इही काम है, दवाइयां लिआओ, है ना। कणक दीआं दवाइयां आ गईआं, जिवें रेह आ गया, स्प्रे हो गई, इदां दीआं चीज़ां सारा दिन चलदी रहिंदीआं ने जी। इह बहुत ही जरूरी है फसल लई, जिवें बंदिआं नूं दवाई जरूरी है, उवें फसल नूं भी बहुत ही ज़्यादा जरूरी है जी। ਪਹਿਲਾਂ ਤਾਂ ਬਹੁਤ ਹੀ ਜ਼ਿਆਦਾ ਘੱਟ ਪਈ ਕਰਦੀ ਸੀਗੀ ਫਸਲ ਦੇ ਵਿੱਚ ਦਵਾਈ ਵਗੈਰਾ, ਦਵਾਈ ਬਹੁਤ ਹੀ ਜ਼ਿਆਦਾ ਘੱਟ ਪੈਂਦੀ ਸੀਗੀ। ਹੁਣ ਤਾਂ ਜੀ ਜਿਵੇਂ ਬੰਦੇ ਦਵਾਈ ਨਾਲ ਚੱਲਦੇ ਨੇ, ਉਵੇਂ ਫਸਲ ਵੀ ਦਵਾਈ ਨਾਲ ਹੀ ਵੱਡੀ ਹੁੰਦੀ ਹੈ। ਜਿੰਨਾ ਆਪਾਂ ਰੇਹ ਸਪਰੇਅ ਕਰਾਂਗੇ, ਰੇਹ ਪਾਵਾਂਗੇ, ਉਨੀ ਮਤਲਬ ਆਪਣੀ ਫਸਲ ਵੱਡੀ ਹੋਊਗੀ ਜੀ। ਰੇਹ ਸਪਰੇਅ ਨਾ ਕਰੀਏ ਤਾਂ ਫਸਲ ਨਹੀਂ ਹੁੰਦੀ ਹੈਗੀ, ਇਸ ਕਰਕੇ ਆਪਾਂ ਨੂੰ ਕਰਨੀ ਪੈਂਦੀ ਹੈ ਜੀ। ਹੁਣ ਇਹਦੀ ਕਾਫੀ ਜ਼ਿਆਦਾ ਮਤਲਬ ਛੋਟ ਸੀਗੀ, ਪਰ ਚਲੋ ਫਿਰ ਵੀ ਆਪਾਂ ਨੂੰ ਬਾਬਾ ਜੀ ਦੀ ਕਿਰਪਾ ਨਾਲ ਮਿਲ ਗਿਆ। ਚਲੋ ਜੀ ਹੁਣ ਆਪਾਂ ਚੱਲਦੇ ਹਾਂ ਉੱਤੇ। ਨਿੰਬੂ ਸੁੱਕਣੇ ਪਾ ਰੱਖੇ ਆ ਮੰਮਾ। ਆ ਦੇਖੋ ਜੀ, ਮੰਮਾ ਨੇ ਨਿੰਬੂ ਸੁੱਕਣੇ ਪਾਏ ਨੇ, ਬਹੁਤ ਹੀ ਸੋਹਣੇ ਨਿੰਬੂ ਨੇ, ਕਿੰਨੇ ਸੋਹਣੇ ਆ ਨਾ, ਪੀਲੇ ਪਏ ਹੈ, ਛੋਟੇ ਛੋਟੇ ਜਿਹੜੇ ਲੱਡੂ ਲੱਗ ਰਹੇ ਹੈ। ਤਾਂ ਹੁਣ ਵੈਸੇ ਰਸਗੁੱਲਿਆਂ ਵਰਗਾ, ਮਤਲਬ ਇਸ ਖਾ ਡਿਜ਼ਾਇਨ ਤਾਂ ਛੋਟੇ ਛੋਟੇ ਰਸਗੁੱਲਿਆਂ ਵਰਗਾ ਹੀ ਹੈ ਨਾ, ਪਰ ਰੰਗ ਤੋਂ ਲੱਗ ਰਹੇ ਨੇ ਇਹ ਵੀ ਜਿਸ ਤਰ੍ਹਾਂ ਲੱਡੂ ਹੁੰਦੇ ਨੇ ਪੀਲੇ ਪੀਲੇ। ਲਿਓ ਮੰਮਾ ਦੇਖ ਛੱਕ ਲਿਓ। ਹੈਂਜੀ, ਹਾਂ ਬੇਬੀ, ਇੱਧਰ ਹੀ ਰੱਖੇ ਆ ਮੰਮਾ ਨੇ, ਲਿਓ ਦੇਖ ਦੇਵਾਂ ਹੁਣ ਜੀ। ਹਾਂ ਬੇਬੀ, ਆਪਣੇ ਮੁੰਡਿਆਂ ਨੇ ਵਿਹੜੇ ਮੈਂ ਲਾਏ ਹੋਏ ਆ, ਪਾਲਕ ਵੀ ਲਾਈ ਹੋਈ ਹੈ, ਬੈਂਗਣ ਹੋ ਗਏ, ਹੈ ਨਾ, ਦੇ ਅੱਛਾ ਜਿਸ ਤਰ੍ਹਾਂ ਨਿੰਬੂ ਹੋ ਗਏ, ਬੈਂਗਣ ਹੋ ਗਏ, ਪਾਲਕ ਹੋ ਗਈ, ਸਾਰੀ ਚੀਜ਼ ਹੈ, ਗੋਭੀ ਗੋਭੀ ਸਭ ਕੁਛ ਲਾਇਆ ਵਾ ਬੇਬੇ। ਚਲੋ ਠੀਕ ਹੈ ਜੀ, ਮੈਂ ਬੇਬੇ ਜੀ ਨੂੰ ਦਿੰਦੀ ਹਾਂ ਹੁਣ ਦੇਖ ਸਕਣ ਨੂੰ। ਚਲੋ ਠੀਕ ਹੈ ਜੀ, ਉਮੀਦ ਕਰਾਂਗੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਏਗੀ। ਸਾਡੀ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਅਗਲੀ ਵੀਡੀਓ 'ਚ ਫਿਰ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।